ਅਸਲਾਮੁਆਲੈਕੁਮ तमाम ਦੋਸਤਾਂ ਭਰਾਵਾਂ ਨੂੰ ਸੰਗਤੀ ਸਾਥੀਆਂ ਨੂੰ ਥੋੜੇ ਆਪਣੇ ਚੈਨਲ AR ਟਰੈਕਟਰ ਤੇ ਵੈਲਕਮ ਖੁਸ਼ ਆਮਦੀਦ ਜੀ ਆਇਆਂ ਨੂੰ ਤੇ ਆਪਣੇ ਦੋਸਤਾਂ ਦੀ ਖਿਦਮਤ ਜੀ ਅੱਜ ਸ਼ਹਜ਼ਾਦਾ ਟਰੈਕਟਰ ਗੁਲਾਬ ਦਾ ਫੁੱਲ ਮਾਸ਼ਾਅੱਲਾ 2012 ਮਾਡਲ ਬਿਲਾਰਸ 510 ਤੇ ਕੋਈ ਲੁਕ ਛੁਪੇ ਗਾਲ ਨਹੀਂ ਹੈ ਜੋ ਚੀਜ਼ ਹੈ ਵੀਡੀਓ ਇਥਾਰੇ ਸਾਹਮਣੇ ਟਰੈਕਟਰ ਦਾ ਕਲਰ ਵਗੈਰਾ ਮਾਗੀ ਬੰਪਰ ਵਗੈਰਾ ਜਿਸ ਨੂੰ ਲੱਗਾ ਹੋਇਆ ਜੀ ਛਾਤੀ ਲੱਗੀ ਹੋਈ ਹੈ ਜੀ ਮਾਸ਼ਾਅੱਲਾ ਜ਼ਬਰਦਸਤ ਰੀਮਾ ਵਗੈਰਾ ਦਾ ਕਲਰ ਇੱਕ ਸੰਗ ਤੇ ਵੀ ਟਾਇਰਾਂ ਦੀ ਹਾਲਤ ਹੈ ਤੁਹਾਡੇ ਸਾਹਮਣੇ ਪੁਆਇੰਟ ਵਗੈਰਾ ਤੁਸੀਂ ਆਪ ਬਣਾ ਗਏ 110 ਦੇ ਤੇ ਬਾਕੀ ਇਹਦਾ ਸਾਰਾ ਡੈਕੋਰੇਸ਼ਨ ਦਾ ਕੰਮ ਵੀ ਤਕਰੀਬਨ ਕਰੀ ਦਿੱਤੀ ਹੋਈ ਹੈ ਕਿਲ ਕਾਬਲੇਜ ਓਕੇ ਸੈਲਫ ਸਟਾਰਟ ਗੱਡੀ ਹੈ ਓਕੇ ਦੀ ਰਿਪੋਰਟ ਹੈ ਕੋਈ ਮਸਲਾ ਮਸਾਇਲ ਕੋਈ ਨਹੀਂ ਤੇ ਜਿਹੜੀ ਕੰਡੀਸ਼ਨ ਹੈ ਉਹ ਵੀ ਤੁਹਾਡੇ ਸਾਹਮਣੇ ਹੈ ਮਾਸ਼ਾਅੱਲਾ ਬੰਪਰ ਵੀ ਦੇਖ ਸਕਦੇ ਬੇ ਤੇ ਸੋਨਾ ਬੰਪਰ ਲੱਗਾ ਹੋਇਆ ਜਿੱਥੇ ਕਾਲਾ ਬੰਪਰ ਲੱਗਾ ਹੋਇਆ ਜਿਸ ਗੱਡੀ ਕੋ ਤੇ ਟਰੈਕਟਰ ਦਾ ਜੀ ਫਰੰਟ ਸਾਈਡ ਦਾ ਥਿਊ ਹੈ ਇਹ ਦੂਸਰੀ ਸਾਈਡ ਦਾ ਥਿਊ ਹੈ ਚੈੱਕ ਕਰ ਸਕਦੇ ਹੋ ਇਸ ਸਾਈਡ ਤੋਂ ਜਿਹੜੀ ਕੰਡੀਸ਼ਨ ਹੈ ਤੇ ਸਾਹਮਣੇ ਸਾਰੀ ਕੋਸ਼ਿਸ਼ ਹੁੰਦੀ ਹੈ ਬੇ ਹਰ ਚੀਜ਼ ਹਰ 파ਟ ਅਲੱਦਾ ਅਲੱਦਾ ਹਿੰਦੁਸਤਾਨ ਨਾਲ ਸ਼ੇਅਰ ਕਰੂੰ ਉਹਨਾਂ ਨੂੰ ਦਿਖਾऊं ਨੇੜੇ ਤੋਂ ਨੇੜੇ ਚਾਹ ਕੇ ਤਾਂ ਕਿ ਕੋਈ ਵੀ ਦੋਸਤ ਭਰਾ ਦੀ ਕੋਈ ਕਮੀ ਪੇਸ਼ੀ ਨਾ ਰਹਿ ਬਣੀ ਹੈ ਪ੍ਰੋਪਰ ਡੇਕ ਗਿਨਨ ਗਦੀ ਅਗਰ ਉਹਨਾਂ ਨੂੰ ਪਸੰਦ ਆਵੇ ਤਾਂ ਬਾਤ ਉਹਨਾਂ ਨਾਲ ਰਾਬਤਾ ਕਰੇ ਗਦੀ ਕੋ ਦੇਖਣ ਵੰਜੇ ਤਾਂ ਜੋ ਚੀਜ਼ ਵੀਡੀਓ ਚ ਇਹ ਚੀਜ਼ ਮੌਕੇ ਤੇ ਉਸੇ ਸਾਡੀ ਜ਼ਿੰਮੇਵਾਰੀ ਹੋਸੀ ਬਾਕੀ ਇਸ ਸਾਈਡ ਤੇ ਪੂਰਾ ਕੰਪਲੀਟ ਤੋਂ ਦਿਸਦਾ ਹੈ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਸ਼ੋ ਵਗੈਰਾ ਦਾ ਕਲਰ ਬਲਾਕ ਦੇ ਕਲਰ ਦੀ ਹਾਲਤ ਦੇਖ ਸਕਦੇ ਬਾਕੀ ਨੇੜੇ ਤੋਂ ਤੁਹਾਨੂੰ ਸਾਰੀ ਵੀਡੀਓ ਬੜਾ ਕੇ ਦਿਖਾਉਣ ਦੇ ਪਏ ਆ ਗੂ ਵੀਡੀਓ ਕੰਪਲੀਟ ਢਿੱਠੀ ਕਰੋ ਮਿਹਰਬਾਨੀ ਕੀਤੀ ਕਰੋ ਕਿ ਵੀਡੀਓ ਦੇ ਲਾਸਟ ਤੱਕ ਅਸਾਂ ਮੁxtਲਫ ਚੀਜ਼ਾਂ ਦੇ ਫੋਟੋ ਡਿਟੇਲ ਦੱਸਦੇ ਰਹਿੰਦੇ ਆ ਯਾ ਦੋਸਤ ਬਰਾ ਸਕਿਪ ਕਰ ਛੁੜਿੰਦੇ ਨੇ ਵੀਡੀਓ ਘਾ ਕਰ ਛੁੜਿੰਦੇ ਨੇ ਦੋ ਚੀਜ਼ਾਂ ਨੂੰ ਮਿਸ ਕਰ ਵੈਂਦੇ ਨੇ ਤੇ ਬਾਕੀ ਸਤੋਂ ਕਿੰਦੀ ਲੋਕੇਸ਼ਨ ਵੀ ਦੱਸਾ ਦੇਉ ਜੀ ਭਈ ਇਹ ਟਰੈਕਟਰ ਦੀ ਚਿਸ਼ਟੀਆਂ ਦੀ ਲੋਕੇਸ਼ਨ ਇਸ ਖੜੋਤੇ ਤੇ ਜਿਹੜੀ ਇਹਦੀ ਰਜਿਸਟ੍ਰੇਸ਼ਨ ਹੈ ਜੀ ਮੰਡੀ ਬਾਉਦਨ ਦੀ ਰਜਿਸਟ੍ਰੇਸ਼ਨ ਹੈ ਇਸ ਟਰੈਕਟਰ ਦੀ ਤੇ ਇਹਦਾ ਮਾਲਕ ਦਾ ਨੰਬਰ ਹੈ ਵੀਡੀਓ ਦੇ ਲਾਸਟ ਜਿਸ ਉਹ ਵੀ ਦੇ ਦੇਂਦ ਰਹੇ ਨੇ ਤੁਸੀਂ ਡਾਇਰੈਕਟ ਮਾਲਕ ਨਾਲ ਰਬਤਾ ਵੀ ਕਰ ਸਕਦੇ ਹੋ ਤੇ ਬਾਕੀ ਸਾਰੀ ਡਿਟੇਲ ਵੀ ਤੁਹਾਨੂੰ ਦੱਸਾਇਸੂ ਇਹਦੇ ਹਰ ਚੀਜ਼ ਦੇ ਬਾਰੇ ਤੇ ਅਗਰ ਕੋਈ ਦੋਸਤ ਬਰਾ ਆਪਣੇ ਟਰੈਕਟਰ ਸੇਲ ਕਰਨਾ ਚਾਹੁੰਦਾ ਹੈ ਤਾਂ ਵੀਡੀਓ ਦੇ ਲਾਸਟ ਜਿਸ ਆਪਣਾ ਚੈਨਲ ਨੰਬਰ ਦੇ ਦੇਂਦ ਰਹੇ ਨੇ ਤਾਂ ਤੁਸੀਂ ਨਾਲ ਡਾਇਰੈਕਟ ਰਬਤਾ ਕਰ ਸਕਦੇ ਹੋ ਬਾਕੀ ਸਾਈਡ ਤੇ ਸ਼ੋ ਦਾ ਕਲਰ ਦੇਖ ਸਕਦੇ ਹੋ ਸਟਿਕਰਾਂ ਤੱਕ ਟੋਟਾ ਵੀ ਜੈਨੂਇਨ ਕੋਈ ਚੇਂਜ ਨਹੀਂ ਮਾਸ਼ਾਅੱਲਾ ਅੱਛਾ ਕਲਰ ਮਾਡਲ ਹੀ 2012 ਹੈ ਕੋਈ ਪੁਰਾਣਾ ਮਾਡਲ ਤਾਂ ਇਹ ਨਹੀਂ ਬਾਕੀ ਨੰਬਰ ਤੋਂ ਦੇਖ ਸਕਦੇ ਹੋ ਜਿਸ ਕੋ ਮੰਡੀ ਭਾਵ ਦਿਨ ਦਾ ਜਿਸ ਨੂੰ ਨੰਬਰ ਲਗਾਇਆ ਤੁਹਾਡੇ ਸਾਹਮਣੇ 2015 ਦੇ ਰਜਿਸਟ੍ਰੇਸ਼ਨ ਇਸ ਟਰੈਕਟਰ ਦੀ ਤੇ ਇਹ ਜੀ ਦਾ ਤੁਸੀਂ ਇਹਦਾ ਹੌਜ਼ਿੰਗ ਚੈੱਕ ਕਰ ਸਕਦੇ ਹੋ ਮਾਡਲ ਦੀ ਆਪਣੀ ਹੌਜ਼ਿੰਗ 12 ਮਾਡਲ ਦੀ ਹੌਜ਼ਿੰਗ ਇਹ ਚੇਂਜ ਨਹੀਂ ਹੈ ਹੌਜ਼ਿੰਗ ਟੂਪਾ ਕੋਈ ਚੀਜ਼ ਇਸ ਟਰੈਕਟਰ ਦੇ ਪਾਰਟ ਸੇ ਚੇਂਜ ਨਹੀਂ ਹੈ ਇਸ ਸਾਈਡ ਤੋਂ ਇਹ ਜੀ ਸਭ ਬਲਾਕ ਪਤਰੀ ਦੇਖ ਸਕਦੇ ਹੋ ਬਲਾਕ ਪਤਰੀ ਵਗੈਰਾ ਇਹ ਨੰਬਰ ਓਕੇ ਕਾਗਜ਼ਾਂ ਦੇ ਵਿੱਚ ਬਿਲਕੁਲ ਗੱਡੀ ਕਲੀਅਰ ਹੈ ਕਿਲ ਕਵਰੇਜ ਕਲੀਅਰ ਹੈ ਸਿਸਟਮ ਸੈਲਫ ਸਟਾਰਟ ਕੋਈ ਮਸਲਾ ਮਸਾਇਲ ਕੋਨੀ ਇੰਜਨ ਵੀ ਤਕਰੀਬਨ ਇਹਦੇ ਜੀ 12.12 ਪੁਆਇੰਟ ਇਹਦਾ ਸਟੇਮ ਇੰਜਨ ਮੌਜੂਦ ਹੈ ਤੇ ਬਾਕੀ ਵੀ ਸਾਰੀ ਡਿਟੇਲ ਸਾਰੀ ਦੇ ਦੇ ਨੇ ਇਹ ਦੂਸਰੀ ਸਾਈਡ ਤੋਂ ਚੈੱਕ ਕਰ ਸਕਦੇ ਵਿੱਚ ਹੋਜ਼ਿੰਗ ਅਸਾਂ ਕੋਸ਼ਿਸ਼ ਕਰ ਰਹੇ ਨੇ ਕਿ ਨਜ਼ਦੀਕ ਤੋਂ ਨਜ਼ਦੀਕ ਹੋ ਕੇ ਪ੍ਰੋਪਰ ਇੱਕ ਇੱਕ ਚੀਜ਼ ਜਬਰਦਸਤ ਨਾਲ ਵੀਡੀਓ ਬਣਾ ਕੇ ਸ਼ੇਅਰ ਕਰੂ ਤਾਂ ਕਿ ਕੋਈ ਦੋਸਤ ਮੇਰਾ ਇਹ ਗਿਲਾਨਾ ਦੇ ਵਿੱਚ ਜੋ ਕੋਈ ਚੀਜ਼ ਮਿਸ ਹੋ ਗਈ ਹੈ ਤੋਂ ਬਲੌਗ ਤੇ ਦੇਖ ਸਕਦੇ ਵਿੱਚ ਮਾਡਲ ਲਿੰਦਾ ਇੱਥੇ ਵੀ ਤੁਹਾਨੂੰ ਲਿਖਿਆ 12 ਮਾਡਲ ਮਿਲਦਾ ਪਿਆ ਹੈ ਤੇ ਬਾਕੀ ਮਿਹਰਬਾਨੀ ਕੀਤੀ ਕਰੋ ਜਿਹੜਾ ਨਵੇਂ ਆਉਣ ਵਾਲੇ ਈਵਰਜ਼ ਉਹਨੇ ਵੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੈ ਸੋ ਵੀਡੀਓ ਕੋ ਲਾਈਕ ਕੀਤਾ ਕਰੋ ਦੋਸਤਾਂ ਨਾਲ ਸ਼ੇਅਰ ਕੀਤਾ ਕਰੋ ਅੱਛੇ ਕਮੈਂਟਸ ਕੀਤਾ ਕਰੋ ਤੇ ਸਬਸਕ੍ਰਾਈਬ ਕੀਤਾ ਕਰੋ ਮਿਹਰਬਾਨੀ ਕਰਕੇ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੈ ਸੋ ਕਿਉਂਕਿ ਸਾਡੇ ਡੇਲੀ ਨਵੇਂ ਟਰੈਕਟਰਾਂ ਦੇ ਰਿਵਿਊ ਨਵੇਂ ਟਰੈਕਟਰਾਂ ਦੀ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਤੇ ਇਨਸ਼ਾਅੱਲਾ ਕੋਸ਼ਿਸ਼ ਕਰੈ ਸੋ ਵੀ ਅੱਛੇ ਤੋਂ ਅੱਛੀ ਚੀਜ਼ ਆਪਣੇ ਦੋਸਤਾਂ ਦੀ ਖਿਦਮਤ ਵਿੱਚ ਪੇਸ਼ ਕਰੈ ਸੋ ਪਹਿਲੇ ਵੀ तमाम ਦੋਸਤ ਮੇਰਾ ਬੜਾ ਤਾਉਣ ਕਰਦੇ ਨੇ ਤੇ ਮਜ਼ੀਦ ਵੀ ਤਾਉਣ ਦੀ ਅਪੀਲ ਹੋ ਬਾਕੀ ਪੰਪ ਵਗੈਰਾ ਦੀ ਸਟੈਂਪ ਤੇ ਹਾਲਤ ਦੇਖ ਸਕਦੇ ਮਾਸ਼ਾਅੱਲਾ ਪੰਪ ਵੀ ਇਸ ਗੱਡੀ ਦਾ ਠੀਕ ਹੈ ਬਿਲਕੁਲ ਜ਼ਬਰਦਸਤ ਹਾਲਤ ਵਿੱਚ ਮੌਜੂਦ ਹੈ ਤੇ ਹੁਣ ਇਹਦੀ ਤੋਂ ਕੋ ਡਿਮਾਂਡ ਦਾ ਸਾਰੇ ਵੀ ਮਾਲਕ 20 ਲੱਖ ਰੁਪਏ ਡਿਮਾਂਡ ਕਰਨ ਦੇ ਪੈਣ ਤੇ ਜਿਹੜਾ ਜਾਇਜ਼ ਪਿਆਰ ਮੁਹੱਬਤ ਉਸੀ ਉਹ ਜ਼ਰੂਰ ਕੀਤਾ ਵੈਸੀ ਇਹ ਸਾਡਾ ਵਾਦਾ ਹੈ ਤੇ ਬਾਕੀ ਇਸ ਚੈੱਕ ਕਰ ਸਕਦੇ ਵੇ ਜੀ 12 ਮਾਡਲ ਅਸੈਂਬਲੀ ਤੇ ਵੀ ਇਸ ਸਾਈਡ ਤੋਂ ਜੀ ਪੰਪ ਦੀ ਹਾਲਤ ਫਿਲਟਰ ਵਗੈਰਾ ਦਾ ਕਲਰ ਉੱਤੇ ਬਲਾਕ ਦਾ ਕਲਰ ਹੈੱਡ ਦੀ ਹਾਲਤ ਥੋੜੇ ਸਾਹਮਣੇ ਕਲਰ ਪੂਰਾ ਤੋਂ ਹਰ ਚੀਜ਼ ਦਾ ਪ੍ਰੋਪਰ ਦਿਖਾਈ ਦੇ ਪਏ ਤੇ ਮਿਹਰਬਾਨੀ ਕੀਤੀ ਕਰੋ ਸਰ ਨਾਲ ਤਵਨ ਕੀਤਾ ਕਰੋ ਬਾਕੀ ਮਾਲਕ ਨੰਬਰ ਵੀ ਸ਼ੋ ਹੋ ਗਈ ਚੈਨਲ ਨੰਬਰ ਵੀ ਸ਼ੋ ਹੋ ਗਈ ਸਰ ਡਾਇਰੈਕਟ ਮਾਲਕ ਨਾਲ ਰابطਾ ਕਰ ਸਕਦੇ ਵੇ ਸਰ ਚੈਨਲ ਨੰਬਰ ਤੇ ਰابطਾ ਕਰ ਸਕਦੇ ਵੇ ਅਗਰ ਕੋਈ ਦੋਸਤ ਬਰਾਬਰ ਟਰੈਕਟਰ ਸੇਲ ਕਰਨਾ ਚਾਹੁੰਦਾ ਹੈ ਤਾਂ ਇਨਸ਼ਾਅੱਲਾ ਜਲਦ ਆਪਣੇ ਦੋਸਤਾਂ ਦੀ ਖਿਦਮਤ ਚ ਨਵੇਂ ਟਰੈਕਟਰ ਦੇ ਰਵੀ ਉਹਨਾਂ ਨੇ ਟਰੈਕਟਰ ਦੀ ਵੀਡੀਓ ਖਿੰਨ ਕੇ ਆਜ਼ਰ ਹੋ ਸੋ ਉਸ ਟਾਈਮ ਤੱਕ ਆਪਣੇ ਦੋਸਤਾਂ ਬਿਰਾਵਾ ਕੋਲ ਇਜਾਜ਼ਤ ਕਿਨ ਸੋ ਅੱਲਾ ਹਾਫਿਜ਼ ਫੀ ਅਮਾਨ ਅੱਲਾ ਰੱਬ ਰੱਖ